ਦੇ ਖਿਲਾਫ ਕੀਤੀ ਸੀ ਜਿੱਥੇ ਉਸਨੇ ਪੁਲਿਸ ਨੂੰ ਵੀ ਜਿਹੜਾ ਹੈ ਮਾੜਾ ਵਤੀਰਾ ਕਰਦੇ ਹੋਏ ਬਹੁਤ ਸ਼ਬਦਾਵਲੀ ਕੀਤੀ ਜਿਸ ਵਿੱਚ ਉਹਨੇ ਲੋਕਾਂ ਦੀ ਹਿੰਦੂ ਧਰਮ ਉੱਤੇ ਲੋਕਾਂ ਨੂੰ ਘਰ ਤੋਂ ਬਾਹਰ ਕਰਫਿਊ ਦੀ ਉਲੰਘਣਾ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦੇ ਸੰਬੰਧ 'ਚ ਪੁਲਿਸ ਵੱਲੋਂ ਕੀ ਕਾਰਵਾਈ ਕੱਲ੍ਹ ਜਸਵੀਰ ਸਿੰਘ ਵਾਸੀ ਚਲਾਂਗ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਵੱਲੋਂ ਸੋਸ਼ਲ ਮੀਡੀਆ ਪਰ ਅਤੇ ਸ਼ਰੇਆਮ ਆਪਣੇ ਮੋਟਰਸਾਈਕਲ ਪਰ ਆਸ ਪਾਸ ਦੇ ਏਰੀਆ ਵਿੱਚ ਘੁੰਮ ਕੇ ਲੋਕਾਂ ਨੂੰ ਉਕਸਾਇਆ ਸੀ ਅਤੇ ਕਰੋਨਾ ਵਾਇਰਸ ਨੂੰ ਭਾਰਤ ਸਰਕਾਰ ਵੱਲੋਂ ਫੈਲਾਉਣ ਸੰਬੰਧੀ ਅਫਵਾਹ ਉਕਸਾ ਕੇ ਅਤੇ ਹਿੰਦੂ ਦੇਵੀ ਦੇਵਤਿਆਂ ਦੇ ਬਰਕਰਾਰ ਬੋਲ ਕੇ ਕਾਫੀ ਇੱਕ ਮਾਹੌਲ ਕ੍ਰੀਏਟ ਕਰ ਦਿੱਤਾ ਸੀ ਜਿਸ ਸੰਬੰਧੀ ਉਸਨੂੰ ਅਸੀਂ ਹਸਪਤਾਲ ਤੱਕ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਦੇ ਬਰਖਿਲਾਫ਼ ਅਸੀਂ ਥਾਣਾ ਟਾਂਡਾ ਦੇ ਵਿੱਚ ਮੁਕੱਦਮਾ ਦਰਜ ਕੀਤਾ ਹੈ ਜਿਸ ਵਿੱਚ ਅਸੀਂ ਉਸਦੇ ਬਰਖਿਲਾਫ਼ 124A 115 188 279 270 271 ਧਾਰਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਹਿੰਦੂ ਦੇਵੀ ਦੇਵਤਿਆਂ ਸੰਬੰਧੀ ਮਾੜੀ ਸ਼ਬਦਾਵਲੀ ਬੋਲ 295 ਦਾ ਵੀ ਪਰਚਾ ਦਰਜ ਕੀਤਾ ਹੈ। ਜਿਸ ਗੱਡੀ ਦੇ ਉੱਤੇ ਜਾ ਰਿਹਾ ਸੀ ਉਹ ਗੱਡੀ ਨੂੰ ਵੀ ਜ਼ਬਤ ਕੀਤਾ? ਹਾਂਜੀ, ਇਹ ਮੋਟਰਸਾਈਕਲ ਬੁਲਟ ਇਨਫੀਲਡ ਦੇ ਬਾਅਦ ਇਹਨੇ ਘੁੰਮ ਕੇ ਇਹ ਸਾਰਾ ਕੀਤਾ ਹੈ ਜਿਸ ਸੰਬੰਧੀ ਉਸਨੂੰ ਵੀ ਅਸੀਂ ਕਬਜ਼ੇ ਵਿੱਚ ਲਿਆ।